ਇਲੈਕਟ੍ਰੋਨਿਕ ਅਸੀਂ ਦੇਖ ਸਕਦੇ ਹਾਂ ਏਅਰ ਦੇ ਫਲੋ ਵੀ ਇਲੈਕਟ੍ਰੋਨਿਕ ਜੀ ਹੈਂਡ ਬ੍ਰੇਕ ਆ ਗਈ ਟੱਚ ਜਿਹੜੀਆਂ ਲਾਈਟਾਂ ਨੇ ਬਾਕੀ ਇਹਦਾ ਇੱਥੋਂ ਪੁਸ਼ ਬਟਨ ਸਟਾਰਟ ਆ ਦੇਖ ਸਕਦੇ ਤੁਸੀਂ ਓਨ ਹੋ ਗਈ ਹੈ ਮੈਨੂ ਦਾ ਜੋ ਆਪਾਂ ਮੈਨੂ ਸੈਟ ਕਰਨਾ ਯੂ ਡੋਨਟ ਨੋ ਵਾਟ ਯੂ ਸਟਾਰਟ ਅਪ ਅਪ ਬ੍ਰੇਕ ਓਵਰ ਸਟਾਰਟ ਆਈ ਗਾਟ ਦ ਡ੍ਰਾਈਵਿੰਗ ਕੀ ਸਟ੍ਰੇਟ ਫਰਮ ਦ ਫੋਰਸ ਇਟ ਦੀ ਓ ਡੀ ਓ ਦੇ ਨੋ ਇਟ ਸਟਾਰਟ ਯੇ ਸ਼ੀ ਵਾਂਟ ਅਨਦਰ ਟੂ ਚਿਲ ਹਾਂਜੀ ਬਾਬਾ ਸਾਹਿਬ ਤੁਸੀਂ ਕਾਲ ਕੀ ਹਾਲ ਚਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਗੇ ਤੇ ਅਸੀਂ ਵਧੀਆ ਤੁਹਾਨੂੰ ਥੋੜਾ ਹੋਰ ਵਧੀਆ ਗੰਦਲੀ ਦੀ ਸਬਸਕ੍ਰਾਈਬ ਕਰ ਸਕਦੇ ਤੇ ਹਿੱਟ ਦਾ ਬੈਲ ਆਈਕਨ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਰਹੇ ਕਿ ਸਾਡੀ ਵੀਡੀਓ ਦੀ ਤੇ ਜਿਹੜੀ ਆਈ ਦੀ ਵੀਡੀਓ ਲਗਜ਼ਰੀ ਗੱਡੀਆਂ ਦੇ ਹੋਣ ਵਾਲੀ ਹੈ ਤੇ ਸਾਰਿਆਂ ਦਾ ਭਾਈ ਦਾ ਸਵਾਗਤ ਕਰਦੇ ਮੇਰੇ ਤੇ ਵੈਲਕਮ ਭਾਈ ਹੋਰ ਕੀ ਹਾਲ ਚਾਲ ਤੁਹਾਡਾ ਮੋਸਟ ਤੇ ਬਾਕੀ ਭਾਈ ਡਿਟੇਲ ਦੇ ਦਿੰਦੇ ਥੋੜੀ ਆਪਣੇ ਬਾਰੇ ਦੱਸ ਦਿਓ ਭਾਈ ਆਪਣਾ ਥੋੜਾ ਰੋਇਲ ਕਾਰ ਪਲਾਜ਼ਾ ਤੋਂ ਸਾਡਾ ਕੰਮ ਹੈ ਲਗਜ਼ਰੀ ਕਾਰਾਂ ਦਾ ਸਾਰੀ ਲਗਜ਼ਰੀ ਕਾਰਾਂ ਅਵੇਲੇਬਲ ਹੋ ਜਾਵਾ ਟ੍ਰੇਨਿੰਗ ਵੀ ਕਰਵਾ ਦਿੰਦੇ ਹਾਂ पर कई अपना शौक हों की हाँ अभी वैडिंग बुक करनी है कोई वधिया गड्डी करते हैं जी सारे की निगाह उत्ते हुए जिदा ट्रेंड ही चल रहा अजकल भी लग्जरी गड्डिया भी खानी आप मैरिज के उत्ते हो गई है ना शौक मेरी साइड इंस्टाग्राम की आईडी भी आँगी होनी उन्होंने फॉलो कर सकते ਤੇ ਬਾਕੀ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਆ ਆਪਾਂ ਜੇ ਕੋਈ ਹੋਰ ਵੀ ਕਰਨੀ ਹੋਵੇ ਰੇਂਜ ਰੋਵਰ ਕੋਈ ਜਾਂ ਹੋਰ ਵੀ ਗੱਡੀਆਂ ਕਰਨੀਆਂ ਹਨਾ ਆਪਾਂ ਉਹ ਵੀ ਕਰ ਦੇਈਏ ਹਾਂਜੀ ਤੇ ਬਾਕੀ ਤੁਸੀਂ ਜਿਹੜੀ ਵੀ ਗੱਡੀ ਕਹੋਗੇ ਵੈਸੇ ਇਹਨਾਂ ਕੋਲ ਕੰਟੈਕਟ ਹੋ ਸਕਦੇ ਮਤਲਬ ਜੇ ਤੁਸੀਂ ਸੇਲ ਲੈਣਾ ਵੀ ਜਾਓ ਕੋਈ ਗੱਡੀ ਤੇ ਕਰਵਾ ਦੇਣਗੇ ਬੁਕਿੰਗ ਇਹ ਪਰਮਾਨੈਂਟਲੀ ਲੈਣਾ ਚਾਹੋਗੇ ਉਹ ਵੀ ਕਰਵਾ ਦੋਗੇ ਭਾਈ ਕਿ ਨਹੀਂ ਹਾਂਜੀ ਹਾਂਜੀ ਭਾਜੀ ਉਹ ਵੀ ਤੁਸੀਂ ਕਰਵਾ ਦੋਗੇ ਉਹ ਵੀ ਸਾਡਾ ਸੇਲ ਪ੍ਰੋਸੈਸ ਦਾ ਵੀ ਸੇਲ ਪ੍ਰੋਸੈਸ ਦਾ ਵੀ ਕੰਮ ਹੈਗਾ ਇਹਨਾਂ ਦਾ ਤੇ ਬਾਕੀ ਤੁਸੀਂ ਜਿਹੜੀ ਵੀ ਗੱਡੀ ਕਹੋਗੇ ਰੇਂਜ ਰੋਵਰ ਹੋਰ ਆਡੀ ਹੋ ਗਈ ਜੈਗਵਾਰ ਹੋ ਗਈ ਜਿਹੜੀ ਵੀ ਗੱਡੀ ਕਹੋਗੇ ਤੁਸੀਂ ਉਹ ਅਵੇਲੇਬਲ ਕਰਵਾ ਦੇਣਗੇ ਇੱਥੇ ਤੇ ਬੁਕਿੰਗ ਕਰਵਾ ਦਿਓ ਪਹਿਲਾਂ ਥੋੜਾ ਟਾਈਮ ਪਹਿਲਾਂ ਕਰਵਾ ਦਿਆ ਜੀ ਹਾਂਜੀ ਜੀ ਭਾਈ ਕਈ ਹੁਣ ਸਭ ਕੁਝ ਜਾਣ ਲਈ ਜਾਂ ਪੂਰੀ ਸਭ ਜਾਣ ਨੇ ਅੱਛਾ ਜਾਣ ਹਾਂਜੀ ਕੋਈ ਪਰ ਮੰਥ ਪਹਿਲਾਂ ਕਰਵਾ ਦਿੰਦਾ ਵਾ ਕੋਈ ਹਨਾ ਅੱਛਾ 10 ਦਿਨ ਪਹਿਲਾਂ ਕਰਾਉਂਦਾ ਵੈਸੇ ਤੁਸੀਂ ਮੰਨ ਕੇ ਚੱਲੋ ਵੀ ਮਹੀਨਾ ਪਹਿਲਾਂ ਕਰਵਾਉਣੀ ਚਾਹੀਦੀ ਆ ਅੱਛਾ ਮਹੀਨਾ ਪਹਿਲਾਂ ਤੁਸੀਂ ਕਰਵਾ ਸਕਦੇ ਹੋ ਤੇ ਜੇ ਕੋਈ ਮਤਲਬ ਵਿੱਚ ਕੋਈ ਗੱਲਬਾਤ ਰਹਿ ਜਾਂਦੀ ਸਾਡੀ ਤੇ ਉਹ ਵੀ ਤੁਸੀਂ ਦੱਸ ਦਿਓ ਸਾਨੂੰ ਤੇ ਅਸੀਂ ਬਾਅਦ ਵਿੱਚ ਭਾਈ ਦਾ ਕਾਲ ਕਰ ਸਕਦੇ ਡਿਸਕ੍ਰਿਪਸ਼ਨ 'ਚ ਨੰਬਰ ਮਿਲ ਜੂਗਾ ਭਾਈ ਦਾ ਤੇ ਫਿਰ ਆਪਾਂ ਹੁਣ ਥੋੜੀ ਬਹੁਤ ਗੱਡੀਆਂ ਦੀ ਤੁਹਾਨੂੰ ਨੌਲੇਜ ਦੱਸ ਦਿੰਦੇ ਕੀ ਹਿਸਾਬ ਕਿਤਾਬ ਆ ਕੀ ਤੁਹਾਨੂੰ ਵਧੀਆ ਫੀਚਰ ਇਹਦੇ ਵਿੱਚ ਕੀ ਮਿਲਦੇ ਆ ਗੱਡੀਆਂ ਵਾ ਕਿੱਦਾਂ ਕੀ ਪ੍ਰਾਈਸ ਰੇਟ ਰੱਖਿਆ ਗੱਡੀਆਂ ਦਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੂਗਾ ਤੇ ਯਾਰ ਸਕਿਪ ਇੱਕ ਨਾ ਕਰਿਆ ਕਰੋ ਵੀਡੀਓ ਕਿਉਂਕਿ ਬਾਅਦ ਵਿੱਚ ਮੈਨੂੰ ਕਮੈਂਟ ਆਉਂਦੇ ਆ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਵੀ ਵੀਰੇ ਆ ਚੀਜ਼ ਦਾ ਕੀ ਪ੍ਰਾਈਸ ਸੀ ਇਦਾਂ ਕੀ ਹਿਸਾਬ ਕਿਤਾਬ ਆ ਇਹਦਾ ਵੀਡੀਓ ਦੇ ਕੱਲੇ ਕੱਲੇ ਤੁਹਾਨੂੰ ਨਾਲੇ ਨੌਲੇਜ ਪਤਾ ਲੱਗੂਗਾ ਗੱਡੀ ਦੀ ਕੀ ਨੌਲੇਜ ਆ ਇਹਦੇ ਵਿੱਚ ਕੀ ਇਹਦੇ ਵਿੱਚ ਫੀਚਰ ਆ ਜਾਂਦੇ ਆ ਤੇ ਆਪਾਂ ਆ ਗੱਡੀ ਅਫੋਰਡ ਕਰ ਸਕਦੇ ਆ ਇਹ ਗੱਲ ਵੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕਿਉਂਕਿ ਸ਼ੇਅਰ ਕਰ ਦੋਗੇ ਨਾ ਤੁਸੀਂ ਤੇ ਬਾਕੀ ਹੋਰ ਵੀ ਕਿਸੇ ਨੂੰ ਯਾਰ ਪਤਾ ਲੱਗ ਜਾ ਕਰੂਗਾ ਕਾਲ ਆਉਂਦੀ ਵੀ ਮਤਲਬ ਜੀ ਵੈਗਨ ਭਾਈ ਨੇ ਬੁੱਕ ਕਰਾਈ ਆ ਹੁਣੇ ਮੇਰੇ ਹੁੰਦੇ ਬੈਠੇ ਬੈਠੇ ਤੇ ਆਲਮੋਸਟ ਸਾਰੀਆਂ ਗੱਡੀਆਂ ਦਾ ਕੰਮ ਹੈਗਾ ਇਹਨਾਂ ਕੋਲ ਤੇ ਤੁਸੀਂ ਆ ਕੇ ਬੇਫਿਕਰੇ ਹੋ ਗਏ ਇਹਨਾਂ ਕੋਲ ਗੱਡੀ ਲੈ ਕੇ ਜਾਓ ਤੇ ਬੇਫਿਕਰੇ ਹੋ ਕੇ ਚਲਾਓ ਗੱਡੀ ਨਾਲੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬਹੁਤਾ ਟਾਈਮ ਵੇਸਟ ਨਹੀਂ ਕਰਦੇ ਕਿਉਂਕਿ we'll be right back.
ਤੁਸੀਂ ਦੇਖ ਸਕਦੇ ਆ ਕਿ ਦੋਵੇਂ ਗੱਡੀਆਂ ਇਧਰਲੀ ਸਾਈਡ ਤੇ ਲੱਗੀਆਂ ਹੋਈਆਂ, ਇੱਕ ਤੇ BMW ਇਹਨਾਂ ਕੋਲ ਹੈਗੀ ਆ ਵੈਸੇ ਐਟ ਅ ਟਾਈਮ ਤੇ, ਕਿਸੇ ਨੇ ਬੁਕਿੰਗ ਕੀਤੀ ਹੋਈ ਆ, ਉਹ ਕਿਸੇ ਨੇ ਹਫਤੇ ਲਈ ਬੁਕਿੰਗ ਕੀਤੀ ਆ ਤੇ ਉਹ ਵੀਰ ਭਰਾ ਕੋਈ ਬਾਹਰੋਂ ਆਇਆ ਸੀ ਤੇ ਉਹਨੇ ਬੁਕਿੰਗ ਕਰਾਈ ਹਫਤੇ ਦੀ ਤੇ ਉਹ ਲੈ ਕੇ ਗਿਆ। ਤੇ ਬਾਕੀ ਤੁਸੀਂ ਆਹ ਦੋ ਗੱਡੀਆਂ ਦੇਖ ਸਕਦੇ ਆ, ਔਡੀ ਆ ਤੇ ਉਧਰਲੀ ਸਾਈਡ ਤੇ ਜੈਗਵਾਰ ਆ। ਥੋੜੀ ਨੋਇਸ ਦੀ ਪ੍ਰੋਬਲਮ ਆ ਇੱਥੇ ਕਿਉਂਕਿ ਰੋਡ ਦੇ ਉੱਤੇ ਸ਼ੌਪ ਆ ਮੇਨ ਰੋਡ ਤੇ ਹਾਈਵੇ ਤੇ, ਤੇ ਤਾਂ ਕਰਕੇ ਥੋੜੀ ਨੋਇਸ ਦੀ ਪ੍ਰੋਬਲਮ ਆ ਜਾਂਦੀ ਹੈ। ਤੇ ਬਾਕੀ ਤੁਸੀਂ ਇਹਨੂੰ ਥੋੜਾ ਜਿਹਾ ਕਰ ਲਿਓ ਤੇ ਕੋਈ ਵੀ ਡਿਟੇਲ ਨਿੱਕੀ ਮੋਟੀ ਵੀ ਰਹਿ ਜੂਗੀ ਤੇ ਵੀਰ ਮੇਰਾ ਕਮੈਂਟ ਕਰ ਦਿਓ ਜਾਂ ਇੰਸਟਾਗ੍ਰਾਮ ਤੇ ਮੈਸੇਜ ਹੀ ਕਰ ਦਿਓ ਆਪਾਂ ਨੂੰ, ਤੇ ਆਪਾਂ ਫਿਰ ਉਹਦੇ ਬਾਰੇ ਆਪਾਂ ਤੁਹਾਨੂੰ ਡਿਟੇਲ ਦੱਸ ਦਾਂਗੇ। ਆਹ ਤੁਸੀਂ ਦੇਖ ਸਕਦੇ ਆ ਇਲੈਕਟ੍ਰਿਕ ਪੁਸ਼ ਬਟਨ ਇਹਦੇ ਹੈਗੇ ਆ, ਪਿੱਛੇ ਨੂੰ ਕੰਟਰੋਲਰ ਆ ਸਾਰੇ ਇਲੈਕਟ੍ਰਿਕ ਤੇ ਅੰਦਰ ਆ ਗਏ ਆ। ਤੇ ਬਾਕੀ ਭਾਈ ਔਨ ਕਰ ਦਿੰਦੇ ਹੁਣ, ਤੇ ਬਾਕੀ ਇਹਦਾ ਇੱਥੋਂ ਪੁਸ਼ ਬਟਨ ਸਟਾਰਟ ਆ, ਦੇਖ ਸਕਦੇ ਤੁਸੀਂ ਓਵਨ ਹੋ ਗਈ ਆ ਤੇ ਸਕਰੀਨ ਵੀ ਇਹਦੀ ਤੁਸੀਂ ਦੇਖ ਸਕਦੇ ਆ ਜੀ। ਇਹਦਾ ਜਿਹੜਾ ਵਾ ਇਲੈਕਟ੍ਰੋਨਿਕ ਇਹਦੀ ਆਪਣੀ ਹੋ ਗਈ ਨਾ ਹੈਂਡ ਬ੍ਰੇਕ ਆ ਗਈ ਹੈ ਭਾਜੀ, ਇਲੈਕਟ੍ਰੋਨਿਕ ਹੈਂਡ ਬ੍ਰੇਕ ਆਉਂਦੀ ਆ। ਅੱਛਾ ਇਲੈਕਟ੍ਰੋਨਿਕ ਹੈਂਡ ਬ੍ਰੇਕ ਜੀ। ਬਾਕੀ ਸਭ ਭਾਜੀ ਵੈਸੇ ਇਹਦਾ ਜਿਹੜਾ ਜ਼ਿਆਦਾ ਸਾਰਾ ਹੀ ਹੈ ਵਰਕ ਜਿਹੜੀ ਕਰਦੀ ਹੈ ਇਲੈਕਟ੍ਰੋਨਿਕ। ਅੱਛਾ ਹਾਂਜੀ ਹਾਂਜੀ, ਸੈਂਸਰ ਇਸ ਗੱਡੀ ਹੈ ਸਾਰੀ। ਹਾਂ ਜੀ ਭਾਜੀ, ਇਹਦੇ ਵਿੱਚ ਆਪਾਂ ਕਲਾਈਮੇਟ ਜਿਹੜਾ ਵਾ। ਅੱਛਾ ਹਾਂ ਜੀ, ਆਪਾਂ ਜੇ ਪਰਲੀ ਸਾਈਡ ਦਾ ਹੀਟ ਵਾਲਾ ਕਰਨਾ ਉਹ ਵੀ ਹੋ ਜਾਏਗਾ, ਇੱਧਰ ਨੋਰਮਲ ਵੀ ਹੋ ਜਾਏਗਾ, ਇੱਧਰ ਜੇ ਇੱਧਰ ਆਪਾਂ ਏਸੀ ਵਾਲਾ ਰੱਖਣਾ ਉਹ ਵੀ ਹੋ ਜਾਏਗਾ, ਇੱਧਰ ਹੀਟ ਵਾਲਾ ਵੀ ਹੋ ਜਾਏਗਾ। ਠੀਕ ਭਾਈ, ਆਪਣੇ ਅਕੋਰਡਿੰਗ ਅਸੀਂ ਕੋਈ ਵੀ ਆਪਣਾ ਟੈਂਪਰੇਚਰ ਆਪਣੀ ਸ਼ੀਟ ਦੇ ਅਕੋਰਡਿੰਗ ਕਰ ਸਕਦੇ ਆ। ਅੱਛਾ, ਸ਼ੀਟ ਦੇ ਅਕੋਰਡਿੰਗ ਕੋਈ ਵੀ ਟੈਂਪਰੇਚਰ ਕਰ ਸਕਦੇ ਆ। ਤੇ ਆਹ ਦੇ ਟੈਂਪਰੇਚਰ ਲਈ ਹੋ ਗਿਆ ਹਨਾ ਭਾਜੀ, ਤੇ ਬਾਕੀ ਆ ਇਹਦਾ ਆ ਉੱਤੇ ਵੈਸੇ ਹੀ ਹੈ ਜੀ, ਸਟੀਰੀਓ ਆ ਗਿਆ। ਅੱਛਾ, ਸਟੀਰੀਓ ਆ ਗਿਆ ਹਨਾ, ਸਟੀਰੀਓ ਆ ਗਿਆ ਸਾਰਾ ਇਹ ਸਟੀਰੀਓ ਆ ਗਿਆ ਭਾਜੀ। ਤੇ ਬਾਕੀ ਅੱਗੇ ਆਪਾਂ ਚੱਲਦੇ ਆ ਤੇ ਇਧਰਲੀ ਸਾਈਡ ਤੇ ਤੁਸੀਂ ਦੱਸ ਸਕਦੇ ਹੋ ਕੁਛ ਨਾ ਕੁਛ ਤੇ ਦੱਸ ਦਿਓ। ਹਾਂ ਜੀ ਭਾਜੀ, ਆਪਣਾ ਇਲੈਕਟ੍ਰੋਨਿਕ ਬ੍ਰੇਕ ਆ ਗਈ ਇਹ ਚ। ਅੱਛਾ ਜੀ, ਆਹ ਇਲੈਕਟ੍ਰੋਨਿਕ ਭਾਜੀ ਬ੍ਰੇਕ ਆਪਣੀ ਪਾਰਕਿੰਗ ਚ। ਅੱਛਾ, ਪਾਰਕਿੰਗ ਚ ਇਲੈਕਟ੍ਰੋਨਿਕ ਬ੍ਰੇਕ ਆ, ਇਲੈਕਟ੍ਰੋਨਿਕ ਬ੍ਰੇਕ ਆ ਜੀ ਭਾਜੀ ਆਪਣੀ। ਅੱਛਾ, ਇਹ ਭਾਜੀ ਆਪਣਾ ਜਿਹੜਾ ਇਹਨਾਂ ਸਿਸਟਮ ਹੈ, ਸਟੀਰੀਓ ਸਿਸਟਮ ਆ। ਅੱਛਾ, ਸਟੀਰੀਓ ਸਿਸਟਮ ਆ ਸਾਰਾ ਜੀ, ਇਹ ਸਾਰਾ ਕੰਟਰੋਲ ਕਰ ਸਕਦੇ ਆ, ਕੰਟਰੋਲ ਸਿਸਟਮ ਆ। ਉਹ ਤੁਸੀਂ ਦੇਖ ਸਕਦੇ ਆ ਕਿ ਕੰਟਰੋਲ ਹੋ ਰਹੇ ਆ ਇਸ ਟਾਈਮ ਤੇ। ਉਹ ਬਾਕੀ ਬਾਕੀ ਮਿਊਜ਼ਿਕ ਸਿਸਟਮ ਵੀ ਵਧੀਆ ਇਹਦਾ। ਬਾਕੀ ਆ ਗੇਅਰ ਦਾ ਵੀ ਤੁਹਾਨੂੰ ਥੋੜਾ ਬਹੁਤ ਦੱਸ ਦਿੰਦੇ ਆ ਵੀ ਜਿੱਦਾਂ। ਹਾਂਜੀ ਹਾਂਜੀ ਭਾਜੀ, ਇਹ ਆਪਣਾ ਆ ਗਿਆ ਹੁਣ ਇਹ ਪਾਰਕਿੰਗ ਦੇ ਵਿੱਚ ਲੱਗੀ ਹੋਈ ਆ। ਆਹ ਤੁਸੀਂ ਦੇਖ ਸਕਦੇ ਪਾਰਕਿੰਗ ਦੇ ਵਿੱਚ ਲੱਗੀ ਹੋਈ ਹੈ। ਹਾਂਜੀ, ਤੇ ਜੇ ਆਪਾਂ ਇਹਨੂੰ ਸ਼ਿਫਟ ਕਰਦੇ ਆ ਰਿਵਰਸ। ਅੱਛਾ ਅੱਛਾ, ਰਿਵਰਸ ਆ ਗਿਆ ਭਾਜੀ, ਬੈਕ ਦਾ ਆ ਗਿਆ। ਉਹ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਸਕਰੀਨ ਦੇ ਵਿੱਚ ਭਾਜੀ। ਬਾਕੀ ਆ ਸੈਂਸਰ ਆ, ਜੇ ਆਪ ਇਹਦੇ ਲਾਗੇ ਕੋਈ ਆਊਗਾ ਹਾਂਜੀ ਇਹ ਸੈਂਸਰ ਬੋਲਣਗੇ। ਅੱਛਾ ਠੀਕ ਹੈ ਭਾਜੀ। ਹਾਂਜੀ ਹਾਂਜੀ, ਤੇ ਆ ਭਾਜੀ ਬਾਅਦ ਨਿਊਟਰਲ ਆ ਜਾਊਗਾ, ਨਿਊਟਰਲ ਆ ਜਾਊਗਾ। ਹਾਂਜੀ, ਤੇ ਆ ਡਰਾਈਵ ਦਾ ਆ ਗਿਆ ਭਾਜੀ। ਅੱਛਾ, ਡਰਾਈਵ ਦਾ ਆ ਗਿਆ। ਹਾਂਜੀ, ਡਰਾਈਵ ਦੇ ਭਾਜੀ ਦੋ ਮੋਡ ਆ। ਅੱਛਾ, ਦੋ ਮੋਡ ਹੈ, ਸਿੰਪਲ ਡਰਾਈਵ ਇੱਕ ਸਪੋਰਟਸ ਜਾਂ ਕੁਛ ਆ ਜਾਂਦਾ। ਸਪੋਰਟਸ ਲੱਗ ਗਿਆ ਭਾਜੀ। ਅੱਛਾ, ਆ ਸਪੋਰਟਸ ਲੱਗ ਗਿਆ, ਇਧਰੋਂ ਤੁਸੀਂ ਦੇਖ ਸਕਦੇ ਆ ਕਿ ਆ ਸਪੋਰਟਸ ਲੱਗ ਗਿਆ। ਹਾਂਜੀ, ਆ ਭਾਜੀ ਇੱਥੇ ਸਪੋਰਟਸ ਵਨ ਆ ਗਿਆ, ਇੱਥੋਂ ਸਪੋਰਟਸ ਵਨ ਆ ਗਿਆ ਇਧਰਲੀ ਸਾਈਡ ਤੇ। ਹਾਂਜੀ ਹਾਂਜੀ, ਤੇ ਬਾਕੀ ਸਪੋਰਟ ਮੋਡ ਆ ਗਿਆ ਭਾਜੀ। ਹਾਂਜੀ, ਤੇ ਬਾਕੀ ਇੱਧਰ ਸਟੀਅਰਿੰਗ ਕੰਟਰੋਲਸ ਆ ਜਾਂਦੇ ਆ। ਹਾਂਜੀ, ਇਹ ਭਾਜੀ ਇੱਧਰ ਆਪਣਾ ਵੋਲੀਅਮ ਆ ਗਿਆ। ਅੱਛਾ ਅੱਛਾ, ਤੇ ਇੱਧਰ ਆਪਣਾ ਮੈਨੂ ਦਾ ਜੋ ਆਪਾਂ ਇਨੀਸ਼ੀਏਟ ਕਰਨਾ ਦਾ। ਇੱਧਰ ਭਾਜੀ ਆਪਣਾ ਸੀਟਾਂ ਦਾ ਐਡਜਸਟਮੈਂਟ ਹੁੰਦਾ। ਅੱਛਾ, ਸੀਟਾਂ ਦਾ ਇੱਥੋਂ ਆ ਜਾਂਦਾ। ਹਾਂਜੀ ਭਾਜੀ, ਜਿਸ ਤਰ੍ਹਾਂ ਮੰਨ ਲਓ ਅਸੀਂ ਇੱਕ ਨੰਬਰ ਤੇ ਰੱਖਣੀ ਆ, ਸਾਡੀ ਆਟੋਮੈਟਿਕ ਇੱਕ ਨੰਬਰ ਤੇ ਆ ਜਾਣੀ ਭਾਜੀ। ਇੱਕ ਨੰਬਰ ਤੇ ਆਣੀ ਆਟੋਮੈਟਿਕ। ਹਾਂਜੀ, ਉਹ ਜਿੰਨੀ ਆਪਾਂ ਐਡਜਸਟ ਕੀਤੀ ਹੁੰਦੀ ਹੈ ਉਹ ਉਸੇ ਮਤਲਬ ਉਹਦੇ ਵਿੱਚ ਆ ਜਾਂਦੀ ਹੈ। ਅੱਛਾ ਅੱਛਾ, ਠੀਕ ਹੈ ਭਾਈ। ਹਾਂਜੀ, ਆਹ ਭਾਜੀ ਆਪਣਾ ਆ ਗਿਆ ਗਲਾਸ ਦਾ। ਅੱਛਾ, ਗਲਾਸ, ਸਾਈਡ ਗਲਾਸ ਦਾ, ਸਾਈਡ ਗਲਾਸ। ਤੁਸੀਂ ਦੇਖ ਸਕਦੇ ਹੋ ਉੱਪਰ ਸਨਰੂਫ ਦਾ ਸਿਸਟਮ ਆ ਜਾਂਦਾ ਥੋੜਾ ਜਿਹਾ। ਹਾਂਜੀ, ਤੇ ਇਹਦਾ ਵੀ ਦੱਸ ਦਿਓ ਭਾਈ ਥੋੜਾ ਬਹੁਤ ਵੀ ਇੱਧਰ ਲਾਈਟਿੰਗ ਦਾ ਆ ਜਾਂਦਾ ਤੇ ਸਨਰੂਫ ਹੋ ਜਾਂਦਾ। ਆਹ ਭਾਜੀ, ਹਾਂਜੀ, ਆਹ ਲਾਈਟ ਆਉਂਦੀ ਹੈ ਮਤਲਬ ਜਦੋਂ ਕੋਈ ਅਜੇ ਅਸੀਂ ਇਹਨੂੰ ਆਫ ਕਰ ਦਿੰਦੇ ਆ, ਜਿਹੜੀ ਮਗਰ ਆਈ ਲਾਈਟ ਆ ਸਾਡੀ ਉਹ ਮਤਲਬ ਫਿਰ ਅੱਖਾਂ ਚ ਪੈਂਦੀ ਹੈ। ਹਾਂਜੀ, ਜਦੋਂ ਅਸੀਂ ਇਹਨੂੰ ਆਨ ਕਰ ਦਿੰਦੇ ਆ। ਬਾਕੀ ਭਾਜੀ ਆਪਣਾ ਇਹ ਸਨਰੂਫ ਦਾ ਆ ਗਿਆ, ਕੰਟਰੋਲ ਸਿਸਟਮ ਆ ਸਾਰਾ, ਕੰਟਰੋਲ ਸਿਸਟਮ ਆ ਗਿਆ, ਆ ਲਾਈਟਿੰਗ ਦਾ ਆ ਜਾਂਦਾ ਭਾਜੀ। ਬਾਕੀ ਸਨਰੂਫ ਵੀ ਇੱਕ ਰੰਗ ਖੋਲ ਕੇ ਦਿਖਾ ਦਿੰਦੇ ਤੁਹਾਨੂੰ, ਇੱਥੋਂ ਤੁਸੀਂ ਦੇਖ ਸਕਦੇ ਹੋ ਸਨਰੂਫ ਹੀ ਖੋਲ ਰਹੇ ਹੁਣ। ਤੇ ਬਾਕੀ ਇਹ ਵੀ ਤੁਸੀਂ ਇੰਜੋਇਮੈਂਟ ਕਰ ਸਕਦੇ ਸਨਰੂਫ ਦਾ ਵੀ ਕਸਟ ਆ ਜਾਂਦਾ ਭਾਜੀ, ਤੇ ਆ ਆਰਮਰੈਸਟ ਆ ਜਾਂਦਾ। ਬਾਕੀ ਇਹ ਚ ਸਾਨੂੰ ਡਿਊਲ ਸਪੇਸ ਮਿਲ ਜਾਂਦੀ, ਤੇ ਬਾਕੀ ਇੱਧਰ ਵੀ ਦੇਖ ਸਕਦੇ ਸਪੇਸ ਹੈਗੀ ਸ਼ਾਇਦ ਇੱਥੇ ਵੀ। ਹਾਂਜੀ ਹਾਂਜੀ, ਇਹਦੇ ਵਿੱਚ ਸਪੇਸ ਹੈਗੀ, ਗਲਾਸਿਸ ਰੱਖ ਸਕਦੇ ਆ ਆਪਾਂ। ਹਾਂਜੀ, ਆ ਚਾਰਜਿੰਗ ਦਾ ਸਪੇਸ, ਚਾਰਜਿੰਗ ਦਾ ਵੀ ਹੈਗਾ। ਤੇ ਬਹੁਤੀ ਵੀਡੀਓ ਲੰਬੀ ਨਹੀਂ ਕਰਦੇ ਆਪਾਂ, ਤੇ ਆਪਾਂ ਹੁਣ ਦੂਜੀ ਗੱਡੀ ਵੱਲ ਚੱਲਦੇ ਹਾਂ, ਥੋੜੀ ਬਹੁਤੀ ਉਧਰ ਡਿਟੇਲ ਦੇ ਦਿੰਨੇ ਆ। ਤੇ ਬਾਕੀ ਆ ਤੁਸੀਂ ਦੇਖ ਸਕਦੇ ਆ ਕਿ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਆ, ਤੇ ਆ ਬਾਕੀ ਦੇਖ ਲਿਓ ਸਟਾਰਟ ਹੋ, ਤੇ ਦੇਖ ਸਕਦੇ ਆ ਸਟਾਰਟ ਹੋ ਚੁੱਕੀ ਹੈ। ਤੇ ਬਾਕੀ ਇਹਦੇ ਵੀ ਕੰਟਰੋਲਸ ਦੱਸ ਦਿੰਦੇ ਆ ਬਾਕੀ ਤੁਹਾਨੂੰ। ਤੇ ਹੁਣ ਆਪਾਂ ਜੈਗਵਾਰ ਦੇ ਵਿੱਚ ਆ ਚੁੱਕੇ ਆ, ਤੇ ਅੱਗੇ ਤੁਸੀਂ ਲੋਗੋ ਦੇਖ ਹੀ ਸਕਦੇ ਇੱਕ ਤੇ ਆਪਣਾ ਜਿਹੜਾ ਵਾ ਏਅਰ ਦੇ ਜੋ ਫਲੋ ਆ। ਹਾਂਜੀ ਹਾਂਜੀ, ਇਹ ਭਾਜੀ ਇਹ ਵੀ ਇਲੈਕਟ੍ਰੋਨਿਕ ਆ। ਅੱਛਾ ਅੱਛਾ, ਇਲੈਕਟ੍ਰੋਨਿਕ ਆ, ਆਹ ਤੁਸੀਂ ਦੇਖ ਸਕਦੇ ਆ ਏਅਰ ਦੇ ਫਲੋ ਵੀ ਇਲੈਕਟ੍ਰੋਨਿਕ ਆ ਸਾਰੇ। ਤੇ ਇਹਦੇ ਫੈਨ ਹੁਣ ਆਟੋਮੈਟਿਕਲੀ ਡਾਊਨ ਹੋ ਜਾਂਦੇ ਆਪੇ। ਤੇ ਬਾਕੀ ਭਾਈ ਉਹ ਗੱਡੀ ਦੇ ਪਿੱਛੇ ਮੈਂ ਦੇਖਿਆ ਸੀ ਵੀ ਉਹ
ਕੰਪਨੀ ਫਿਟਡ ਸਕਰੀਨ ਆ ਤੇ ਬਾਕੀ ਇਹਦਾ ਲੀਵਰ ਆ ਗਿਆ ਹਾਂ ਇਹਦਾ ਗੇਅਰ ਲੀਵਰ ਆ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਿ ਇਹਦੇ ਬਾਕੀ ਹੋਰ ਸਿਸਟਮ ਆ ਗਏ ਇਹਦੀ ਪਾਰਕਿੰਗ ਆ ਗਈ ਹਾਂਜੀ ਆਹ ਆਪਣਾ ਆ ਗਿਆ ਭਾਜੀ ਸਟੀਰੀਓ ਅੱਛਾ ਸਟੀਰੀਓ ਆ ਗਿਆ ਇਹਦਾ ਸਿਸਟਮ ਕੰਟਰੋਲ ਆ ਗਿਆ ਭਾਜੀ ਹਾਂਜੀ ਆਹ ਭਾਜੀ ਆਪਣਾ ਕਲਾਈਮੇਟ ਦਾ ਆ ਗਿਆ ਹਾਂਜੀ ਆਹ ਆਪਣੇ ਭਾਜੀ ਹੈਂਡ ਬ੍ਰੇਕ ਆ ਗਈ ਹੈਂਡ ਬ੍ਰੇਕ ਆ ਗਈ ਇਹ ਆਪਣਾ ਹਾਂਜੀ ਤੇ ਬਾਕੀ ਇਹ ਚ ਵੀ ਕਾਫੀ ਸਪੇਸ ਆ ਭਾਜੀ ਆਪਣਾ ਇਹਦੀ ਟੱਚ ਜਿਹੜੀਆਂ ਲਾਈਟਾਂ ਨੇ ਅੱਛਾ ਟੱਚ ਲਾਈਟਾਂ ਨੇ ਸੈਂਸਰੇਬਲ ਠੀਕ ਹੈ ਇਹ ਸਪੇਸ ਲੱਗ ਰਹੀ ਹੈ ਮੈਨੂੰ ਤੇ ਇਹ ਵੀ ਭਾਈ ਦਿਖਾ ਦਿਓ ਮਲੇ ਖੋਲ ਕੇ ਫੀਚਰ ਇਹਦੇ ਕੋਈ ਹੋਰ ਵਾ ਕਿ ਸਪੀਕਰ ਹੀ ਲੱਗ ਰਿਹਾ ਮੈਨੂੰ ਚਾਰਜਿੰਗ ਮੋਡ ਵੀ ਦੇਖ ਸਕਦੇ ਪਿੱਛੇ ਤੇ ਪਿਛਲੀ ਸਾਈਡ ਤੇ ਕਨਵਰਟੇਬਲ ਜਾਲੀਆਂ ਲੱਗੀਆਂ ਜਿੱਦਾਂ ਇਹ ਸਨਰੂਫ ਤੁਸੀਂ ਦੇਖ ਸਕਦੇ ਇੱਧਰ ਤੁਹਾਨੂੰ ਲਾਈਟ ਵੀ ਦਿਖਾਤੀ ਹੈ ਤੇ ਬਾਕੀ ਸਨਰੂਫ ਦਾ ਵੀ ਆਪਾਂ ਸਿਸਟਮ ਦਿਖਾਉਂਦੇ ਹਾਂ ਤੇ ਆਹ ਤੁਸੀਂ ਦੇਖ ਸਕਦੇ ਹੋ ਸਨਰੂਫ ਹੋ ਰਿਹਾ ਹੈ ਇਹਦਾ ਸਨਰੂਫ ਉਹ ਓਡੀ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਮੈਂ ਕਹਿ ਸਕਦਾ ਕਿ ਵੱਡਾ ਖੁੱਲ੍ਹਾ ਆ ਨਾਲੇ 40-50 ਕਿਲੋਮੀਟਰ ਦੇ ਵਿੱਚ ਅਸੀਂ ਇਹਨਾਂ ਗੱਡੀਆਂ ਨੂੰ ਭੇਜਦੇ ਹਾਂ 10 to 15,000 ਦੇ ਵਿੱਚ ਵਿੱਚ ਅੱਛਾ ਅੱਛਾ ਹਾਂਜੀ ਤੇ ਬਾਕੀ ਜਿਹੜਾ ਇਸ ਤੋਂ ਵੱਧ ਮਤਲਬ ਚਲੋ ਹੋ ਜਾਂਦਾ ਵਾ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਕਿ ਵੱਖੋ ਵੱਖ ਗੱਡੀ ਦਾ ਵੱਖੋ ਵੱਖ ਪ੍ਰਾਈਜ਼ ਹੋ ਜਾਂਦਾ ਵਾ ਵੱਖੋ ਵੱਖ ਕਿਉਂਕਿ ਤੁਹਾਨੂੰ ਪਤਾ ਵੀ ਇੰਜਨ ਵਗੈਰਾ ਵੱਖੋ ਵੱਖ ਚੀਜ਼ ਉਹਨਾਂ ਨੇ ਦੇਣੀ ਹੁੰਦੀ ਵੇਖ ਕੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਿ ਵੱਖੋ ਵੱਖ ਪ੍ਰਾਈਜ਼ ਹੁਣ ਇਹਨਾਂ ਦਾ ਜੈਗਵਾਰ ਦਾ ਪੁੱਛ ਲੈਂਦੇ ਆ ਤੇ ਬਾਕੀ 1-2 ਗੱਡੀ ਦਾ ਹੋਰ ਤੇ ਬਾਕੀ ਜੇ ਤੁਸੀਂ ਹੋਰ ਕੋਈ ਜਾਣਨੀ ਹੋਊਗੀ ਡਿਟੇਲ ਤੇ ਬਾਕੀ ਤੁਸੀਂ ਭਾਈ ਨੂੰ ਕੰਟੈਕਟ ਕਰ ਸਕਦੇ ਆ ਯਾਰ ਤੇ ਬਾਕੀ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਦੱਸ ਦਿਓ ਭਾਈ ਕੀ ਇਹਦਾ ਪ੍ਰਾਈਜ਼ ਆ ਜਾਂਦਾ ਇਹਦਾ ਪ੍ਰਾਈਜ਼ ਭਾਈ ਜਿੱਦਾਂ ਆਪਾਂ ਲੋਕਲ ਮੰਨਦੇ ਆ 50-60 ਕਿਲੋਮੀਟਰ ਨੂੰ ਅੱਛਾ ਅੱਛਾ ਲੋਕਲ 50-60 ਕਿਲੋਮੀਟਰ ਹਾਂਜੀ ਹਾਂਜੀ ਤੇ ਅਸੀਂ ਉਹਨੂੰ 50-60 ਕਿਲੋਮੀਟਰ ਮੰਨਦੇ ਉਹਦੇ ਵਿੱਚ ਅਸੀਂ ਗੱਡੀ ਭਾਜੀ 15,000 ਤੋਂ ਲੈ ਕੇ 17,000 ਦੇ ਵਿੱਚ ਘਲਾ ਦੇਈ ਦੀ ਆ ਅੱਛਾ 15,000 ਬਾਕੀ ਚਲੋ ਆਪਾਂ ਹੋ ਜਾਂਦਾ ਨੈਗੋਸ਼ੀਏਬਲ ਹੁੰਦਾ ਵਾ ਅੱਛਾ ਅੱਛਾ ਤੇ ਬਾਕੀ ਜੇ ਇਸ ਤੋਂ ਉੱਪਰ ਹੋ ਜਾਂਦਾ ਭਾਜੀ ਬਾਕੀ ਜੇ ਨਿੱਕੀ ਮੋਟੀ ਵੀ ਡਿਟੇਲ ਰਹਿ ਗਈ ਤੇ ਬਾਕੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਭਾਈ ਨੂੰ ਤੇ ਇੱਦਾਂ ਦੀ ਹੋਰ ਵੀਡੀਓ ਵੇਖਣ ਲਈ ਸਬਸਕ੍ਰਾਈਬ ਕਰ ਦਿਓ ਮੈਨੂੰ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਅੱਗੇ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰ ਦੋਗੇ ਤਾਂ ਫਿਰ ਤੁਹਾਨੂੰ ਹੋਰ ਵੀ ਕਿਸੇ ਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਇੱਥੇ ਦਾ ਹਿਸਾਬ ਕਿਤਾਬ ਆ ਵੀ ਕਿਸੇ ਨੇ ਹੋਰ ਵੀ ਬੁਕਿੰਗ ਕਰਾਉਣੀ ਹੋਵੇ ਤਾਂ ਉਹ ਵੀ ਪਤਾ ਲੱਗ ਜੂਗਾ ਵੀ ਹਾਂ ਇੱਥੋਂ ਬੁਕਿੰਗ ਕਰਾਉਣੀ ਤੇ ਵਧੀਆ ਰੇਟ ਦੇ ਵਿੱਚ ਤੇ ਬਾਕੀ ਰੇਟ ਇਹਨਾਂ ਦਾ ਬਹੁਤ ਜੈਨੂਅਨ ਲੱਗਾ ਮੈਨੂੰ ਵੀ 15,000 ਦੇ ਵਿੱਚ ਬਾਕੀ ਕਿਲੋਮੀਟਰ ਦੇ ਹਿਸਾਬ ਨਾਲ ਇਹ ਦੱਸ ਦਿੰਦੇ ਆ